ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕਰਨਗੇ ਸਰਕਾਰ ਨੇ ਸੰਸਦ ਦੇ ਬਜਟ ਸਮਾਗਮ ਤੋਂ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਬੁਲਾਈਏ ਸੰਸਦ ਦਾ ਬਜਟ ਸਮਾਗਮ ਭਲਕੇ ਸ਼ੁਰੂ ਹੋਏਗਾ ਕੇਰਲ ਵਿਚ ਮੱਲਪੁਰਮ ਜ਼ਿਲ੍ਹੇ ਦੇ ਇਕ 14 ਸਾਲਾ ਮੁੰਡੇ ਵਿਚ ਨਿਪਾਹ ਵਾਇਰਸ ਦੀ ਪੁਸ਼ਟੀ ਹੋਈ ਏ ਅੱਜ ਗੁਰੂ ਪੂਰਨਿਮਾ ਮਨਾਈ ਜਾ ਰਹੀ ਏ ਤੇ ਔਰਤਾਂ ਦੇ ਏਸ਼ੀਆ ਕੱਪ 2020 ਕ੍ਰਿਕਟ ਵਿਚ ਭਾਰਤ ਅੱਜ ਗਰੁੱਪ ਏ ਦੇ ਇਕ ਅਹਿਮ ਮੈਚ ਵਿਚ ਸੰਯੁਕਤ ਅਰਬ ਅਮੀਰਾਤ ਖਿਲਾਫ ਖੇਡੇਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ 7 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕਰਨਗੇ ਸ੍ਰੀ ਮੋਦੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹੈ ਜੋ ਇਸ ਮਹੀਨੇ ਦੀ 31 ਤਰੀਕ ਤੱਕ ਜਾਰੀ ਰਹੇਗੀ ਵਰਲਡ ਹੈਰੀਟੇਜ ਕਮੇਟੀ ਸਾਲ ਵਿਚ ਇਕ ਵਾਰ ਮੀਟਿੰਗ ਕਰਦੀ ਏ ਅਤੇ ਵਿਸ਼ਵ ਵਿਰਾਸਤ ਨਾਲ ਸਬੰਧਤ ਸਾਰੇ ਮਾਮਲਿਆਂ ਦੇ ਪ੍ਰਬੰਧ ਅਤੇ ਕਮੇਟੀ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਥਾਵਾਂ ਬਾਰੇ ਫੈਸਲਾ ਕਰਨ ਲਈ ਜ਼ਿੰਮੇਵਾਰ ਏ ਇਸ ਮੀਟਿੰਗ ਦੌਰਾਨ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਨਵੀਆਂ ਥਾਵਾਂ ਨੂੰ ਨਾਮਜ਼ਦ ਕਰਨ ਦੀ ਤਜਵੀਜ਼ ਮੌਜੂਦਾ 124 ਵਿਸ਼ਵ ਵਿਰਾਸਤੀ ਥਾਵਾਂ ਦੀ ਸੰਭਾਲ ਦੀ ਸਥਿਤੀ ਦੀਆਂ ਰਿਪੋਰਟਾਂ ਅੰਤਰਰਾਸ਼ਟਰੀ ਸਹਾਇਤਾ ਅਤੇ ਵਿਸ਼ਵ ਵਿਰਾਸਤ ਫੰਡਾਂ ਦੀ ਵਰਤੋਂ ਸਮੇਤ ਹੋਰਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿਊਜ਼ੀਲੈਂਡ ਦੇ ਆਪਣੇ ਹਮਰੁਤਬਾ ਕ੍ਰਿਸਟੋਫਰ ਲਕਸਨ ਨਾਲ ਕੱਲ੍ਹ ਟੈਲੀਫੋਨ ਤੇ ਗੱਲਬਾਤ ਕੀਤੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਆਉਣ ਵਾਲੇ ਸਾਲਾਂ ਵਿਚ ਦਵੱਲੇ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਦੋਵਾਂ ਧਿਰਾਂ ਦਰਮਿਆਨ ਹਾਲ ਹੀ ਵਿਚ ਹੋਏ ਉੱਚ ਪੱਧਰੀ ਸੰਪਰਕਾਂ ਰਾਹੀਂ ਪੈਦਾ ਹੋਈ ਗਤੀ ਤੇ ਚਾਨਣਾ ਪਾਉਂਦਿਆਂ ਵੱਖ ਵੱਖ ਖੇਤਰਾਂ ਵਿਚ ਆਪਸੀ ਤੌਰ ਤੇ ਫਾਇਦੇਮੰਦ ਦਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ ਸਰਕਾਰ ਨੇ ਸੰਸਦ ਦੇ ਬਜਟ ਸਮਾਗਮ ਤੋਂ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਬੁਲਾਈ ਏ ਮੀਟਿੰਗ ਦੌਰਾਨ ਸਰਕਾਰ ਸੰਸਦ ਦੀਆਂ ਦੋਵਾਂ ਸਭਾਵਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗੇਗੀ ਸੰਸਦ ਦਾ ਬਜਟ ਸਮਾਗਮ ਭਲਕੇ ਸੋਮਵਾਰ ਤੋਂ ਸ਼ੁਰੂ ਹੋਏਗਾ ਅਤੇ ਮੰਗਲਵਾਰ ਨੂੰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿਚ ਕੇਂਦਰੀ ਬਜਟ 2024-25 ਪੇਸ਼ ਕਰਨਗੇ ਇਹ ਨਰੇਂਦਰ ਮੋਦੀ ਸਰਕਾਰ ਦਾ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਹੋਏਗਾ ਸਰਕਾਰ ਵੱਲੋਂ ਸੰਸਦ ਦੇ ਬਜਟ ਸਮਾਗਮ ਵਿਚ 6 ਨਵੇਂ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਏ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਨੀਟ ਯੂਜੀ ਪੇਪਰ ਲੀਕ ਮਾਮਲੇ ਵਿਚ 3 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਏ ਇਨ੍ਹਾਂ ਵਿਚੋਂ ਦੋਵੇਂ ਗ੍ਰਿਫ਼ਤਾਰ ਕੀਤੇ ਵਿਅਕਤੀ ਰਾਜਸਥਾਨ ਦੇ ਭਰਤਪੁਰ ਮੈਡੀਕਲ ਕਾਲਜ ਦੇ ਮੈਡੀਕਲ ਵਿਦਿਆਰਥੀ ਨੇ ਹਲਕਿਆਂ ਨੇ ਕਿਹਾ ਕਿ ਤਕਨੀਕੀ ਨਿਗਰਾਨੀ ਨੇ 5 ਮਈ ਨੂੰ ਹੋਈ ਨੀਟ ਯੂਜੀ ਪ੍ਰੀਖਿਆ ਦੇ ਦਿਨ ਝਾਰਖੰਡ ਦੇ ਹਜ਼ਾਰੀਬਾਗ ਵਿਚ ਉਨ੍ਹਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਏ ਜਦਕਿ ਤੀਸਰਾ ਗ੍ਰਿਫ਼ਤਾਰ ਵਿਅਕਤੀ ਹਰ ਪੱਧਰ ਤੇ ਸ਼ਾਮਲ ਸੀ ਤੇ ਮੁੱਖ ਸਾਜ਼ਿਸ਼ਕਾਰ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਿਹਾ ਸੀ ਕੇਂਦਰ ਸਰਕਾਰ ਵੱਲੋਂ ਨੀਟ ਯੂਜੀ ਪੇਪਰ ਲੀਕ ਮਾਮਲੇ ਵਿਚ ਕੀਤੀ ਗਈ ਤੁਰੰਤ ਕਾਰਵਾਈ ਤੇ ਆਮ ਲੋਕ ਕਾਫੀ ਸੰਤੁਸ਼ਟ ਨੇ ਮਾਨਸਾ ਤੋਂ ਨਹਿਰੂ ਯੁਵਾ ਕੇਂਦਰ ਦੇ ਸੇਵਾ ਮੁਕਤ ਅਧਿਕਾਰੀ ਸੰਦੀਪ ਕੰਡ ਦਾ ਕਹਿਣਾ ਹੈ ਕਿ ਪੇਪਰ ਲੀਕ ਜਿਹੀਆਂ ਘਟਨਾਵਾਂ ਵਿਦਿਆਰਥੀਆਂ ਤੇ ਮਾੜਾ ਅਸਰ ਪਾਉਂਦੀਆਂ ਨੇ ਸੋ ਇਨ੍ਹਾਂ ਨੂੰ ਭਵਿੱਖ ਵਿਚ ਰੋਕਿਆ ਜਾਣਾ ਲਾਜ਼ਮੀ ਏ ਜਦੋਂ ਦਾ ਇਹ ਨੀਟ ਦੀ ਪ੍ਰੀਖਿਆ ਦਾ ਰੌਲਾ ਚੱਲ ਰਿਹਾ ਉਦੋਂ ਦਾ ਮਾਪੇ ਹੈ ਬੜੇ ਤਣਾਅ ਦੇ ਵਿਚ ਨੇ ਤੇ ਬੱਚਿਆਂ ਦਾ ਤਣਾਅ ਵਿਚ ਹੋਣਾ ਤਾਂ ਸੁਭਾਵਿਕ ਹੈ ਤੇ ਜਿਹੜੇ ਅਧਿਕਾਰੀ ਹੈ ਉਹ ਵੀ ਅਜਿਹੇ ਪੇਪਰਾਂ ਚ ਨੰਗੇ ਹੁੰਦੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਪ੍ਰੀਖਿਆ ਦੇਣ ਤੋਂ ਬਾਅਦ ਉਹ ਬੱਚਾ ਆਪਦੇ ਦਿਮਾਗ ਤੋਂ ਬਿਲਕੁਲ ਰਿਲੈਕਸ ਹੋ ਜਾਂਦਾ ਪਰ ਜਦੋਂ ਉਹਨੂੰ ਦੁਬਾਰਾ ਫਿਰ ਉਸ ਸਿਸਟਮ ਚ ਆਉਣਾ ਪੈਂਦਾ ਤਾਂ ਉਹ ਬਹੁਤ ਔਖਾ ਕੰਮ ਹੁੰਦਾ ਬੱਚੇ ਲਈ ਇਸ ਲਈ ਸਰਕਾਰਾਂ ਨੂੰ ਇਹਦੇ ਪ੍ਰਤੀ
ਸੰਜੀਦਾ ਹੋ ਕੇ ਸੋਚਣਾ ਚਾਹੀਦਾ, ਕਿਉਂਕਿ ਇਹ ਇੱਕ ਬਹੁਤ ਵੱਡਾ ਕੰਪੀਟੀਸ਼ਨ ਹੈ ਜਿਹਦੇ ਤੇ ਬੱਚੇ ਦੀ ਜ਼ਿੰਦਗੀ ਖੜੀ ਹੁੰਦੀ ਹੈ। ਉਹਦੇ ਪ੍ਰਤੀ ਕਦੇ ਵੀ ਕੁਤਾਹੀ ਨਹੀਂ ਵਰਤਣੀ ਚਾਹੀਦੀ, ਤੇ ਜਿਸ ਨੇ ਵੀ ਕੋਈ ਕੁਤਾਹੀ ਵਰਤੀ ਹੈ ਉਹਨੂੰ ਵੀ ਸਰਕਾਰਾਂ ਨੂੰ ਸਖ਼ਤੀ ਨਾਲ ਲੈਣਾ ਚਾਹੀਦਾ। ਕੇਰਲ ਵਿਚ ਮਲਪੁਰਮ ਜ਼ਿਲ੍ਹੇ ਦੇ ਇਕ 14 ਸਾਲਾ ਮੁੰਡੇ ਵਿਚ ਨਿਪਾ ਵਾਇਰਸ ਦੀ ਪੁਸ਼ਟੀ ਹੋਈ ਏ। ਕੇਰਲ ਦੇ ਸਿਹਤ ਮੰਤਰੀ ਵੀਨਾ ਜੋਰਜ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਵਿਚ ਕਰਵਾਏ ਗਏ ਟੈਸਟ ਵਿਚ ਪਾਜ਼ੇਟਿਵ ਰਿਪੋਰਟ ਆਈ ਏ। ਕੇਰਲ ਦੀਆਂ ਦੋ ਪ੍ਰਯੋਗਸ਼ਾਲਾ ਵਿਚ ਕੀਤੇ ਗਏ ਟੈਸਟ ਵੀ ਪਾਜ਼ੇਟਿਵ ਨਿਕਲੇ ਨੇ। ਬੱਚੇ ਦਾ ਫਿਲਹਾਲ ਕੋਜ਼ੀਕੋਡ ਦੇ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਚੱਲ ਰਿਹੈ। ਮੰਤਰੀ ਨੇ ਕਿਹਾ ਕਿ ਸੂਬਾ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਏ ਅਤੇ ਨਿਪਾਹ ਕੰਟਰੋਲ ਅਨੁਸਾਰ ਕਦਮ ਚੁੱਕੇ ਗਏ ਨੇ। ਮਲਪੁਰਮ ਜ਼ਿਲ੍ਹੇ ਵਿਚ ਇਕ ਕੰਟਰੋਲ ਰੂਮ ਵੀ ਸ਼ੁਰੂ ਕੀਤਾ ਗਿਐ। ਬੱਚੇ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦੇਖਿਆ ਜਾ ਰਿਹਾ ਹੈ। ਸਿਹਤ ਸੇਵਾਵਾਂ ਬਾਰੇ ਡਾਇਰੈਕਟੋਰੇਟ ਜਨਰਲ DGHS ਅਤੁਲ ਗੋਇਲ ਨੇ ਮਾਹਿਰਾਂ ਦੇ ਨਾਲ ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਚਾਂਦੀਪੁਰਾ ਵਾਇਰਸ ਦੇ ਕੇਸਾਂ ਅਤੇ ਐਕਿਊਟ ਇਨਸੈਫਲਾਈਟਿਸ ਸਿੰਡਰੋਮ ਦੇ ਮਾਮਲਿਆਂ ਦੀ ਸਮੀਖਿਆ ਕੀਤੀ ਏ। ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹੈ ਕਿ ਚਾਂਦੀਪੁਰਾ ਵਾਇਰਸ ਅਤੇ AUS ਕੇਸਾਂ ਦੀ ਸਥਿਤੀ ਦੀ ਵਿਸਥਾਰਪੂਰਨ ਚਰਚਾ ਅਤੇ ਸਮੀਖਿਆ ਤੋਂ ਬਾਅਦ ਮਾਹਿਰਾਂ ਨੇ ਸਿੱਟਾ ਕੱਢਿਆ ਕਿ ਲਾਗ ਵਾਲੇ ਕਾਰਕ ਦੇਸ਼ ਭਰ ਵਿਚ AES ਮਾਮਲਿਆਂ ਦੇ ਸਿਰਫ਼ ਇਕ ਛੋਟੇ ਅਨੁਪਾਤ ਵਿਚ ਨੇ। ਮੀਟਿੰਗ ਦੌਰਾਨ ਉਨ੍ਹਾਂ ਨੇ ਗੁਜਰਾਤ ਵਿਚ ਦਰਜ ਕੀਤੇ ਗਏ AES ਮਾਮਲਿਆਂ ਦੇ ਵਿਆਪਕ ਮਹਾਮਾਰੀ ਵਿਗਿਆਨ ਚੁਗਿਰਦੇ ਤੇ ਜੀਵਾਣੂ ਵਿਗਿਆਨਕ ਅਧਿਐਨ ਦੀ ਲੋੜ ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਅੱਗੇ ਕਿਹਾ ਕਿ ਬਿਮਾਰੀਆਂ ਤੇ ਕੰਟਰੋਲ ਬਾਰੇ ਰਾਸ਼ਟਰੀ ਕੇਂਦਰ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੀ ਇਕ ਬਹੁ ਅਨੁਸ਼ਾਸਨੀ ਕੇਂਦਰੀ ਟੀਮ ਨੂੰ ਇਨ੍ਹਾਂ ਜਾਂਚਾਂ ਵਿਚ ਗੁਜਰਾਤ ਦੀ ਸਹਾਇਤਾ ਲਈ ਤੈਨਾਤ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਵਿਚ ਕੋਟਾ ਵਿਰੋਧੀ ਹਿੰਸਕ ਮੁਜ਼ਾਹਰੇ ਹੋਣ ਕਰਕੇ ਕਰੀਬ 1000 ਭਾਰਤੀ ਵਿਦਿਆਰਥੀ ਬੰਗਲਾਦੇਸ਼ ਤੋਂ ਭਾਰਤ ਪਰਤ ਆਏ ਨੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ 778 ਭਾਰਤੀ ਵਿਦਿਆਰਥੀ ਵੱਖ ਵੱਖ ਜ਼ਮੀਨੀ ਬੰਦਰਗਾਹਾਂ ਰਾਹੀਂ ਪਰਤੇ ਤੇ ਕੋਈ 200 ਵਿਦਿਆਰਥੀ ਢਾਕਾ ਅਤੇ ਚਟਗਾਂਵ ਹਵਾਈ ਅੱਡਿਆਂ ਰਾਹੀਂ ਨਿਯਮਿਤ ਉਡਾਣਾਂ ਰਾਹੀਂ ਦੇਸ਼ ਪਰਤੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਸਥਾ EPFO ਨੇ ਇਸ ਸਾਲ ਮਈ ਮਹੀਨੇ ਵਿਚ 19.50 ਲੱਖ ਮੈਂਬਰ ਸ਼ਾਮਲ ਕੀਤੇ ਨੇ। ਅਪ੍ਰੈਲ 2018 ਵਿਚ ਅੰਕੜੇ ਜਾਰੀ ਕੀਤੇ ਜਾਣ ਤੋਂ ਬਾਅਦ ਮਹੀਨੇ ਦੌਰਾਨ ਇਹ ਵਾਧਾ ਸਭ ਤੋਂ ਜ਼ਿਆਦਾ ਏ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅੰਕੜੇ ਦਰਸਾਉਂਦੇ ਨੇ ਕਿ ਮਈ 2024 ਦੌਰਾਨ ਲਗਭਗ 9,85,000 ਨਵੇਂ ਮੈਂਬਰਾਂ ਨੇ ਐਨਰੋਲ ਕੀਤਾ। ਇਸ ਸਾਲ ਅਪ੍ਰੈਲ ਤੋਂ ਨਵੇਂ ਮੈਂਬਰਾਂ ਵਿਚ 10.96% ਦਾ ਵਾਧਾ ਹੋਇਆ ਏ। ਵਿਦੇਸ਼ੀ ਨਿਵੇਸ਼ਕਾਂ FPIs ਨੇ ਭਾਰਤ ਦੇ ਸ਼ੇਅਰ ਬਾਜ਼ਾਰਾਂ ਵਿਚ ਨਿਵੇਸ਼ ਦੀ ਗਤੀ ਨੂੰ ਜਾਰੀ ਰਖਿਐ ਅਤੇ ਇਸ ਮਹੀਨੇ ਹੁਣ ਤੱਕ ਕੋਈ 44,344 ਕਰੋੜ ਰੁਪਏ ਸ਼ੇਅਰ ਅਤੇ ਕਰਜ਼ਾ ਬਾਜ਼ਾਰ ਵਿਚ ਨਿਵੇਸ਼ ਕੀਤੇ ਨੇ। ਆਮਦਨ ਕਰ ਵਿਭਾਗ ਨੇ ਕਰਦਾਤਾਵਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਦੀ ਚੇਤਾਵਨੀ ਦੇ ਨਾਲ ਹੀ ਆਪਣੇ ਆਪ ਨੂੰ ਇਸ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਇਕ ਸਲਾਹ ਜਾਰੀ ਕੀਤੀ ਏ। ਵਿਭਾਗ ਨੇ ਕਿਹੈ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਾਈਬਰ ਅਪਰਾਧ ਦੀ ਰੋਕਥਾਮ ਕੀਤੀ ਜਾ ਸਕਦੀ ਏ। ਹੋਰ ਵੇਰਵੇ ਨਾਲ ਇਹ ਰਿਪੋਰਟ। ਇਨਕਮ ਟੈਕਸ ਰਿਟਰਨ ਦਾਖਲ ਕਰਨ ਦਾ ਕੰਮ ਇਨੀ ਦਿਨੀ ਜੰਗੀ ਪੱਧਰ ਤੇ ਚੱਲ ਰਿਹਾ ਏ। 31 ਜੁਲਾਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ ਏ। ਇਨਕਮ ਟੈਕਸ ਵਿਭਾਗ ਵੀ ਲੋਕਾਂ ਨੂੰ ਇਸ ਤਰੀਕ ਤੋਂ ਪਹਿਲਾਂ ਸਮੇਂ ਤੇ ਆਪਣੀ ਰਿਟਰਨ ਦਾਖਲ ਕਰਨ ਦੀ ਅਪੀਲ ਕਰ ਰਿਹਾ ਏ ਤਾਂ ਜੋ ਆਖਰੀ ਮੌਕੇ ਦੀ ਭੀੜ ਨੂੰ ਘੱਟ ਕੀਤਾ ਜਾ ਸਕੇ। ਇਸ ਦੌਰਾਨ ਕੋਈ ਸਮਾਜ ਵਿਰੋਧੀ ਤੇ ਸਾਈਬਰ ਅਪਰਾਧ ਨਾਲ ਜੁੜੇ ਅਨਸਰਾਂ ਵੱਲੋਂ ਲੋਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੇ ਨਾਂ ਤੇ ਕਿਸੇ ਵੀ ਠੱਗੀ ਤੋਂ ਬਚਾਉਣ ਲਈ ਵਿਭਾਗ ਨੇ ਕਰਦਾਤਾਵਾਂ ਲਈ ਇਕ ਸਲਾਹ ਜਾਰੀ ਕੀਤੀ ਏ। ਇਸ ਵਿਚ ਕਰਦਾਤਾਵਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਦੇ ਤਰੀਕਿਆਂ ਬਾਰੇ ਦਸਿਆ ਗਿਆ ਏ। ਵਿਭਾਗ ਨੇ ਕਰਦਾਤਾਵਾਂ ਨੂੰ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਏ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਏ ਕਿ ਲੋਕ ਕਦੇ ਵੀ OTP, ਬੈਂਕ ਖਾਤਾ, ਪੈਨ ਅਤੇ ਆਧਾਰ ਨੰਬਰ ਕਿਸੇ ਨਾਲ ਵੀ ਸਾਂਝਾ ਨਾ ਕਰਨ। ਵਿਭਾਗ ਨੇ ਸਲਾਹ ਦਿੱਤੀ ਏ ਕਿ ਆਮਦਨ ਕਰ ਵਿਭਾਗ ਨਾਲ ਸਬੰਧਤ ਕਿਸੇ ਵੀ ਅਣਪ੍ਰਮਾਣਿਤ ਲਿੰਕ ਤੇ ਕਰਦਾਤਾ ਕਲਿਕ ਨਾ ਕਰਨ ਅਤੇ ਉਹ ਆਮਦਨ ਕਰ ਵਿਭਾਗ
ਦੀ ਅਧਿਕਾਰਤ ਈ ਫਾਈਲਿੰਗ ਵੈਬਸਾਈਟ ਤੇ ਹੀ ਲੌਗਇਨ ਕਰਕੇ ਆਪਣੀ ਆਮਦਨ ਟੈਕਸ ਰਿਟਰਨ ਭਰਨ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਉਨ੍ਹਾਂ ਦੇ ਭੂਟਾਨੀ ਹਮਰੁਤਬਾ ਓਮ ਪੇਮਾ ਚੋਡੇਨ ਨੇ ਕੱਲ੍ਹ ਥਿੰਪੂ ਵਿਚ ਤੀਜੀ ਭਾਰਤ ਭੂਟਾਨ ਵਿਕਾਸ ਸਹਿਯੋਗ ਗੱਲਬਾਤ ਦੀ ਸਿਆ ਪ੍ਰਧਾਨਗੀ ਕੀਤੀ। ਭੂਟਾਨੀ ਧਿਰ ਨੇ ਪ੍ਰੋਜੈਕਟ ਨਾਲ ਜੁੜੀ ਸਹਾਇਤਾ ਪੀਟੀਏ ਤਜਵੀਜ਼ ਅਤੇ 13ਵੀਂ 5 ਸਾਲਾ ਯੋਜਨਾ ਦੀ ਮਿਆਦ ਦੌਰਾਨ ਲਾਗੂ ਕੀਤੇ ਜਾਣ ਵਾਲੇ ਪੀਟੀਏ ਪ੍ਰੋਜੈਕਟ ਪੇਸ਼ ਕੀਤੇ। ਨੇਪਾਲ ਵਿਚ ਕੇ ਪੀ ਸ਼ਰਮਾ ਓਲੀ ਸਰਕਾਰ ਅੱਜ ਪ੍ਰਤੀਨਿਧ ਸਭਾ ਵਿਚ ਭਰੋਸੇ ਦਾ ਵੋਟ ਮੰਗੇਗੀ। ਨੇਪਾਲੀ ਸੰਵਿਧਾਨ ਅਨੁਸਾਰ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਨੂੰ ਨਿਯੁਕਤੀ ਦੇ 30 ਦਿਨਾਂ ਦੇ ਅੰਦਰ ਸੰਸਦ ਵਿਚ ਭਰੋਸੇ ਦਾ ਵੋਟ ਲੈਣਾ ਹੁੰਦਾ ਏ। ਗੁਰੂ ਪੁਰਨਿਮਾ, ਜਿਸ ਨੂੰ ਵਿਆਸ ਪੁਰਨਿਮਾ ਵੀ ਕਿਹਾ ਜਾਂਦਾ, ਅੱਜ ਮਨਾਈ ਜਾ ਰਹੀ ਏ। ਇਹ ਤਿਉਹਾਰ ਅਧਿਆਤਮਿਕ ਅਤੇ ਅਕਾਦਮਿਕ ਗੁਰੂਆਂ ਨੂੰ ਸਮਰਪਿਤ ਏ। ਇਸ ਮੌਕੇ ਤੇ ਲੋਕ ਗੁਰੂਆਂ ਨੂੰ ਯਾਦ ਕਰਦੇ ਨੇ ਤੇ ਉਨ੍ਹਾਂ ਦਾ ਧੰਨਵਾਦ ਕਰਦੇ ਨੇ ਜੋ ਆਪਣੀ ਬੁੱਧੀ ਅਤੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਜੀਵਨ ਨੂੰ ਸੇਧ ਅਤੇ ਨੁਹਾਰ ਦਿੰਦੇ ਨੇ। ਭਗਵਾਨ ਬੁੱਧ ਨੇ ਬੋਧੀ ਰੁੱਖ ਦੇ ਹੇਠਾਂ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਇਸ ਮੌਕੇ ਤੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਭਗਵਾਨ ਬੁੱਧ ਨੇ ਬੋਧਗਿਆ ਤੇ ਸਾਰਨਾਥ ਦੀ ਯਾਤਰਾ ਕੀਤੀ ਸੀ ਅਤੇ ਪੂਰਨਮਾਸ਼ੀ ਦੇ ਦਿਨ ਆਪਣਾ ਉਪਦੇਸ਼ ਦਿੱਤਾ ਸੀ। ਇਸ ਤਰ੍ਹਾਂ ਭਗਵਾਨ ਬੁੱਧ ਨੂੰ ਮੰਨਣ ਵਾਲੇ ਇਸ ਦਿਨ ਉਨ੍ਹਾਂ ਦੀ ਪੂਜਾ ਕਰਦੇ ਨੇ। 3113 ਸ਼ਰਧਾਲੂਆਂ ਦਾ ਇਕ ਹੋਰ ਜਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਕਸ਼ਮੀਰ ਵਾਦੀ ਲਈ ਅਮਰਨਾਥ ਗੁਫਾ ਤੀਰਥ ਦੀ ਯਾਤਰਾ ਲਈ ਰਵਾਨਾ ਹੋਇਆ ਹੈ। ਔਰਤਾਂ ਦੇ ਏਸ਼ੀਆ ਕੱਪ 2020 ਕ੍ਰਿਕਟ ਵਿਚ ਭਾਰਤ ਅੱਜ ਸ੍ਰੀਲੰਕਾ ਦੇ ਰੰਗੀਰੀ ਦਾਮਬੋਲਾ ਇੰਟਰਨੈਸ਼ਨਲ ਸਟੇਡੀਅਮ ਵਿਚ ਗਰੁੱਪ ਏ ਦੇ ਇਕ ਅਹਿਮ ਮੈਚ ਵਿਚ ਸੰਯੁਕਤ ਅਰਬ ਅਮੀਰਾਤ ਖਿਲਾਫ ਖੇਡੇਗਾ। ਇਸ ਮੈਚ ਵਿਚ ਭਾਰਤ ਦੀ ਜਿੱਤ ਨਾਲ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਹੋ ਜਾਏਗੀ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕਰਨਗੇ। ਸਰਕਾਰ ਨੇ ਸੰਸਦ ਦੇ ਬਜਟ ਸਮਾਗਮ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਬੁਲਾਈ ਏ। ਬਜਟ ਸਮਾਗਮ ਭਲਕੇ ਸ਼ੁਰੂ ਹੋਵੇਗਾ। ਕੇਰਲ ਵਿਚ ਮਲੱਪੁਰਮ ਜ਼ਿਲ੍ਹੇ ਦੇ 14 ਸਾਲਾ ਮੁੰਡੇ ਵਿਚ ਨਿਪਾਹ ਵਾਇਰਸ ਦੀ ਪੁਸ਼ਟੀ ਹੋਈ ਏ ਤੇ ਅੱਜ ਗੁਰੂ ਪੁਰਨਿਮਾ ਮਨਾਈ ਜਾ ਰਹੀ ਏ।